ਇਤਨਾ ਇਹਦੀ ਗੱਲ ਹੈ ਬਾਈ ਨਰੇਸ਼ ਕਥੂਰੀਆ ਬਾਈ ਦੀ, ਇਹਨੂੰ ਵੀ ਨੀ ਦੱਸਿਆ ਹੋਇਆ ਸੀ, ਏਦਾਂ ਵੀਡੀਓ ਨੀ ਬਣਾ ਰਿਹਾ, ਇਹਨੂੰ ਬਿੰਦਸ ਹੀ ਬਣਾ ਰਿਹਾ। ਇਹਦੇ ਵਿਆਹ ਦੀ ਗੱਲ ਹੈ, ਇਹਦੇ ਵਿਆਹ ਵੇਲੇ ਇਹਨੇ ਆਪਦੇ ਵਿਆਹ ਤੇ ਪ੍ਰੋਗਰਾਮ ਕਰਾਉਣਾ ਸੀਗਾ ਤੇ ਇਹਨੂੰ ਫੋਨ ਕਰ ਰਿਹਾ ਕਰਮਜੀਤ ਅਨਮੋਲ ਨੂੰ। ਉਹ ਕੀ ਫੋਨ ਕਰ ਰਿਹਾ ਉਹ ਸੁਣਿਓ ਕਰਮਜੀਤ ਅਨਮੋਲ ਤੋਂ। ਉਦੋਂ ਅਸੀਂ ਮੈਂ ਤੇ ਨਿਸ਼ਾ ਬਾਨੋ ਗਾਉਂਦੇ ਆ ਇਕੱਠੇ, ਹੁਣ ਵੀ ਗਾਉਂਦੇ ਆ ਤੇ ਸਟੇਜਾਂ ਅਸੀਂ ਇਕੱਠੇ ਲਾਉਂਦੇ ਆ। ਤੇ ਇਹਦੇ ਜਿਹੜੇ ਲਾਅ ਸੀਗੇ ਉਹ ਵੀ ਚੰਡੀਗੜ੍ਹ ਆਏ ਹੋਏ ਸੀਗੇ, ਲੇਡੀ ਸੰਗੀਤ ਉਹਨਾਂ ਵੱਲੋਂ ਵੀ ਕਰਿਆ ਜਾਣਾ ਸੀਗਾ। ਤੇ ਇੱਧਰ ਤਾਂ ਰੌਣਕਾਂ ਲੱਗੀਆਂ ਹੋਈਆਂ ਸੀ, ਇਹਨੂੰ ਇਹ ਸੀ ਵੀ ਕੁੜੀ ਵਾਲਿਆਂ ਵੱਲ ਵੀ ਰੌਣਕਾਂ ਵੱਧ ਤੋਂ ਵੱਧ ਲੱਗੀਆਂ, ਕੁੜੀ ਵਾਲੇ ਪਾਸੇ ਵੀ ਇਹੀ ਪ੍ਰਬੰਧ ਕਰਨਾ ਪੈਂਦਾ ਸੀ ਵੀ ਉੱਧਰ ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ। ਤੇ ਉੱਥੇ ਲੇਡੀ ਸੰਗੀਤ ਦੇ ਉੱਤੇ ਇਹਨੇ ਇਨਵਾਈਟ ਕਰਨਾ ਸੀਗਾ ਜਿਹੜੇ ਨਿਸ਼ਾ ਵਾਨੋ ਜੀ ਨੇ, ਜਿਹੜਾ ਕਰਮਜੀਤ ਬਾਈ ਦੇ ਨਾਲ ਗਾਉਂਦੇ ਨੇ। ਹਾਂ, ਮੈਨੂੰ ਪੁੱਛ ਰਿਹਾ, ਫੋਨ ਆਇਆ, ਹੈਲੋ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਭਾਜੀ, ਮੈਂ ਸਤਿ ਸ੍ਰੀ ਅਕਾਲ ਹਾਂ ਨਰੇਸ਼, ਕਿਵੇਂ? ਠੀਕ ਹੈ ਭਾਜੀ, ਭਾਜੀ ਭਾਜੀ ਗੱਲ ਗੱਲ ਪੁੱਛੀ ਸੀ ਉੱਥੋਂ। ਮੈਂ ਕਿਹਾ ਹਾਂ ਦੱਸ ਭਾਈ, ਬੰਨੋ ਬੰਨੋ ਕਾਹਦੇ ਦੀ ਹੈ? ਮੈਂ ਕਿਹਾ ਹਾਂ ਗਾਉਂਦੀ ਹੋਈ ਹੈ ਮੇਰੇ ਨਾਲ। ਨਹੀਂ ਭਾਜੀ, ਸਮਝੇ ਨੀ ਤੁਸੀਂ, ਬੰਨੋ 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 ਕਾਹਦੇ ਦੀ ਹੈ? ਉਹ ਮੈਂ ਕਿਹਾ ਗਾਉਂਦੀ ਹੋਈ ਹੈ ਭਾਜੀ, ਉਹ ਹੈ ਨਾ ਵੀ ਐਕਟਿੰਗ ਤਾਂ ਜਦੋਂ ਟਾਈਮ ਨਹੀਂ ਹੁੰਦਾ ਉਦੋਂ ਕਰਦਾ ਨਾ, ਵੈਸੇ ਇੱਧਰ ਜਦੋਂ ਵਿਹਲੇ ਹੁੰਦੇ ਆ। ਭਾਜੀ ਤੁਸੀਂ ਸਮਝੇ ਨੀ, ਬੰਨੋ ਬੰਨੋ ਕਾਹਦੇ ਦੀ? ਮੈਂ ਕਿਹਾ ਹਾਂ ਹਾਂ, ਕਹਿੰਦਾ ਨਹੀਂ ਜੀ, ਬੰਨੋ ਤੇ ਕਹਿੰਦਾ ਬੰਨੋ ਤੇਰੀ ਅੱਖੀਆਂ ਸੁਰਮੇ ਦਾਨੀ, ਬੰਨੋ ਤੇਰੀ ਅੱਖੀਆਂ ਸੁਰਮਤੇ।